ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਿੱਕੀ ਜੇਕਰ, GGN ਖਾਲਸਾ ਕਾਲਜ ਦੇ ਜਰਨਲਿਜ਼ਮ ਡਿਪਾਰਟਮੈਂਟ ਦਾ ਸਟੂਡੈਂਟ। ਅਤੇ ਅੱਜ ਕੱਲ੍ਹ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਅਤੇ ਅਸੀਂ ਗੱਲ ਕਰ ਰਹੇ ਹਾਂ ਸਟੂਡੈਂਟ ਨਾਲ ਕਿ ਮੈਨੀਫੈਸਟੋ ਦੇ ਵਿੱਚ ਕੀ ਮੰਗਾਂ ਹੋਣਾ ਚਾਹੀਦਾ। ਆਓ ਜੀ ਗੱਲ ਕਰਦੇ ਹਾਂ ਹਾਂਜੀ ਆਕਾਸ਼ ਨਾਲ। ਆਕਾਸ਼ ਜੀ, ਤੁਹਾਨੂੰ ਕੀ ਲੱਗਦਾ ਕਿ ਮੈਨੀਫੈਸਟੋ ਦੇ ਵਿੱਚ ਕਿਹੋ ਜਿਹੀਆਂ ਹੋਣੀ ਚਾਹੀਦੀ ਮੰਗਾਂ? ਸਰ, ਮੇਰਾ ਤਾਂ ਆਹੀ ਮੰਨਣਾ ਹੈ ਕਿ ਜਿਹੜਾ ਆਪਣੇ ਦੇਸ਼ ਦੀ ਸੈਨਾ ਹੈ ਉਹਨੂੰ ਮਜ਼ਬੂਤ ਹੋਣਾ ਚਾਹੀਦਾ। ਆਪਣੀ ਥਲ ਸੈਨਾ ਬਹੁਤ ਜ਼ਿਆਦਾ ਮਜ਼ਬੂਤ ਹੈ, ਬਟ ਜਿਹੜੀ ਆਪਣੀ ਏਅਰਫੋਰਸ ਹੈ ਉਹਦੇ ਕੋਲ 2 ਦਸ਼ਕ ਪੁਰਾਣੇ ਫਾਈਟਰ ਪਲੇਨ ਨੇ ਜਿਨ੍ਹਾਂ ਨੂੰ ਅਪਗ੍ਰੇਡ ਕੀਤਾ ਹੋਇਆ, ਬਟ ਤਾਂ ਵੀ ਆਪਾਂ ਨੂੰ ਲੋੜ ਹੈ ਨਵੇਂ ਜ਼ਮਾਨੇ ਦੇ ਫਾਈਟਰ ਪਲੇਨਾਂ ਦੀ ਜਿਨ੍ਹਾਂ ਨਾਲ ਆਪਾਂ ਦੁਸ਼ਮਣ ਦਾ ਸਾਹਮਣਾ ਕਰ ਸਕੀਏ, ਜਿਹਦੇ ਨਾਲ ਆਪਣੇ ਦੇਸ਼ ਦੀ ਸਮਰੱਥਾ ਮਜ਼ਬੂਤ ਹੋਊਗੀ। ਅਤੇ ਦੂਜਾ ਮੇਰਾ ਆਹ ਮੰਨਣਾ ਵੀ ਜਿਹੜੀ ਆਪਣੇ ਦੇਸ਼ ਦੀ ਸਿੱਖਿਆ ਪ੍ਰਣਾਲੀ ਉਹਨੂੰ ਮਜ਼ਬੂਤ ਕਰਨਾ ਚਾਹੀਦਾ ਅਤੇ ਬਾਕੀ ਬੱਚਿਆਂ ਨੂੰ ਵੀ ਬੱਚਿਆਂ ਨੂੰ ਹਰੇਕ ਨੂੰ ਪੜ੍ਹਨ ਦਾ ਮੌਕਾ ਮਿਲਦਾ। ਅਤੇ ਸਾਡੇ ਨਾਲ ਜਸਵਿੰਦਰ ਜੀ ਨੇ। ਜਸਵਿੰਦਰ ਜੀ, ਤੁਸੀਂ ਕੀ ਚਾਹੁੰਦੇ ਹੋ ਕਿ ਮੈਨੀਫੈਸਟੋ ਦੇ ਵਿੱਚ ਕਿਹੜੇ ਕਿਹੜੇ ਵਾਅਦੇ ਕਰੇ ਜਾਣ ਅਤੇ ਉਹਨਾਂ ਨੂੰ ਪੂਰਾ ਕੀਤਾ ਜਾਵੇ? ਹਾਂਜੀ, ਮਤਲਬ ਅਸੀਂ ਪਿਛਲੇ ਟਾਈਮ ਇਹੀ ਦੇਖਿਆ, ਮਤਲਬ ਅੱਜ ਤੱਕ ਜਿੰਨੇ ਵੀ ਸਰਕਾਰਾਂ ਆਈਆਂ ਹੈ ਨਾ, ਉਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਐਜੂਕੇਸ਼ਨ ਦੇ ਉੱਤੇ ਸਿਰਫ 3-4% ਜਿਹੜਾ ਬਜਟ ਹੈ ਉਹ ਸਪੈਂਡ ਕਰਦੀਆਂ ਨੇ ਨਾ। ਮੇਰੀ ਇਹੀ ਮੰਗ ਹੈ ਕਿ ਜਿਹੜਾ ਰਾਦਰ ਦੈਨ ਹੋਰ ਚੀਜ਼ਾਂ 'ਤੇ ਸਪੈਂਡ ਕਰਨ ਦੀ ਬਜਾਏ ਸਿੱਖਿਆ ਪ੍ਰਣਾਲੀ 'ਤੇ ਜਿਹੜਾ ਵੱਧ ਤੋਂ ਵੱਧ ਜਿਹੜਾ ਉਹ ਬਜਟ ਆਪਣਾ ਮਤਲਬ ਐਲਾਨਣ, ਆਪਣੀ ਮੈਨੀਫੈਸਟੋ ਵਿੱਚ ਸਿੱਖਿਆ ਨੂੰ ਉਹ ਵੱਧ ਤਰਜੀਹ ਦੇਣ, ਕਿਉਂਕਿ ਜਿਹੜੀ ਸਿੱਖਿਆ ਹੁੰਦੀ ਹੈ ਉਹ ਕਿਸੇ ਮੁਲਕ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਨਾ। ਤੋ ਮੇਰੀ ਪਹਿਲਾ ਜਿਹੜਾ ਮੈਂ ਇਹੀ ਪੁਆਇੰਟ ਰੱਖਦੀ ਹਾਂ ਵੀ ਜਿਹੜੀ ਐਜੂਕੇਸ਼ਨ ਹੈ ਉਹ ਤਾਂ ਸਰਕਾਰ ਨੂੰ ਕੰਮ ਕਰਨਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਖੇਤੀਬਾੜੀ ਜਿਹੜੀ ਹੈ ਉਹ ਸਿਰਫ ਪੰਜਾਬ 'ਚੋਂ ਹੀ ਨਹੀਂ ਬਲਕਿ ਪੂਰੇ ਮੁਲਕ 'ਚੋਂ ਖਤਮ ਹੁੰਦੀ ਜਾ ਰਹੀ ਹੈ ਨਾ। ਤਾਂ ਮੇਰਾ ਇਹੀ ਹੈ ਵੀ ਇੰਡਸਟਰੀਲਿਜ਼ਮ ਲਿਆਇਆ ਜਾਵੇ, ਇੰਡਸਟਰੀ ਲਾਈ ਜਾਵੇ ਪਰ ਐਗਰੀਕਲਚਰ ਨਾਲ ਕੋਲੈਬ ਕਰਕੇ, ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਜਿਹੜੇ ਸਾਡੇ ਕਿਸਾਨ ਜਿਹੜੇ ਖੁਦਕੁਸ਼ੀ ਕਰ ਰਹੇ ਹਨ ਉਹ ਵੀ ਜਿਹੜੇ ਮਤਲਬ ਉਸ ਚੀਜ਼ 'ਤੇ ਵੀ ਠੱਲ ਪਵੇ ਅਤੇ ਸਾਡੇ ਭਾਰਤ ਦਾ ਵਿਕਾਸ। ਬਿਲਕੁਲ ਜੀ, ਸਾਡੇ ਨਾਲ ਹਰਮਨ ਜੀ ਨੇ। ਹਰਮਨ ਜੀ, ਤੁਸੀਂ ਕੀ ਚਾਹੁੰਦੇ ਹੋ ਕਿ ਕਿੱਦਾਂ ਦਾ ਹੋਵੇ ਮੈਨੀਫੈਸਟੋ ਦੇ ਵਿੱਚ? ਅੱਜ ਕੱਲ੍ਹ ਵੋਮੈਨ ਦੇ ਖਿਲਾਫ ਵਾਇਲੈਂਸ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਰੀਸੈਂਟਲੀ। ਹੁਣ ਲੁਧਿਆਣੇ 'ਚ ਕੇਸ ਹੋ ਗਏ, ਹੋ ਗਿਆ ਰੇਪ ਕੇਸ ਇਸ ਵਾਰ ਪਿੰਡ 'ਚ। ਅਤੇ ਮੈਂ ਸਿਰਫ ਇੰਨਾ ਕਹਿਣਾ ਚਾਹੂੰਗੀ ਕਿ ਸਰਕਾਰ ਨੂੰ ਕੁਛ ਇਹੋ ਜਿਹੇ ਐਕਸ਼ਨ, ਸਟ੍ਰਿਕਟ ਐਕਸ਼ਨ ਲੈਣੇ ਚਾਹੀਦੇ ਆ, ਕੁਛ ਇਹੋ ਜਿਹੇ ਲਾਅ ਪਾਸ ਕਰਨੇ ਚਾਹੀਦੇ ਆ ਜਿਹਦੇ ਨਾਲ ਵੁਮੈਨ ਇੱਥੇ ਸੇਫ ਫੀਲ ਕਰੇ। ਅੱਜ ਕੱਲ੍ਹ ਦੀ ਕੋਈ ਵੀ ਕੁੜੀ ਆਪਣੇ ਆਪ ਨੂੰ ਇਸ ਏਰੀਏ 'ਚ ਸੇਫ ਫੀਲ ਨਹੀਂ ਕਰਦੀ ਅਤੇ ਉਹਨਾਂ ਨੂੰ ਅਤੇ ਉਹ ਕੁਛ ਨਾ ਕੁਛ ਆਪਣਾ ਮਤਲਬ ਲੀਗਲ ਐਕਸ਼ਨ ਲੈਣਾ ਚਾਹੀਦਾ। ਦੂਸਰਾ ਪੁਆਇੰਟ ਇਹ ਹੈ ਕਿ ਮੈਨੀਫੈਸਟੋ ਜਿਹੜੇ ਜਿਵੇਂ ਹੁਣ ਅੱਜ ਰਾਹੁਲ ਗਾਂਧੀ ਨੇ ਕਿਹਾ ਕਿ 12,000 ਰੁਪਇਆ 5 ਕਰੋੜ ਪਰਿਵਾਰਾਂ ਨੂੰ ਮਹੀਨੇ 'ਚ ਦਊਗਾ, ਉਹਨਾਂ ਨੂੰ ਪਹਿਲੀ ਗੱਲ ਤਾਂ ਸਟੇਟਮੈਂਟ ਇਹੋ ਜਿਹੀ ਦੇਣੀ ਚਾਹੀਦੀ ਹੈ ਜਿਹੜੀ ਉਹ ਪੂਰੀ ਕਰ ਸਕਣ। ਹੁਣ 6 ਬਿਲੀਅਨ 1 ਮਹੀਨੇ ਦਾ ਉਹਨਾਂ ਨੂੰ ਕੋਈ ਪੁੱਛੇ ਕਿ ਉਹ ਕਿੱਥੋਂ ਲੈ ਕੇ ਆਉਣਗੇ। ਇਹਦੇ 'ਤੇ ਇੱਕ ਲੀਗਲ ਐਕਸ਼ਨ ਲੈਣਾ ਚਾਹੀਦਾ, ਲੀਗਲ ਲਾਅ ਬਣਨਾ ਚਾਹੀਦਾ ਵਾ ਕਿ ਹਾਂ ਜਿਹੜੇ ਆਹ ਮੈਨੀਫੈਸਟੋ 'ਚ ਗੱਲਾਂ ਕਹਿਣਗੇ ਜੇ ਉਹ ਪੂਰੀਆਂ ਨਹੀਂ ਕਰ ਪਾਉਂਦੇ ਤਾਂ ਉਹਨਾਂ ਦੇ ਖਿਲਾਫ਼ ਕੇਸ ਹੋਵੇ ਅਤੇ ਉਹਨਾਂ ਨੂੰ ਅਗਲੀ ਇਲੈਕਸ਼ਨ 'ਚ ਲੜਨ ਦਾ ਮੌਕਾ ਨਾ ਦਿੱਤਾ ਜਾਵੇ। ਬਿਲਕੁਲ ਜੀ, ਇਹਨਾਂ ਨੇ ਕਿਹਾ ਕਿ ਜਿਵੇਂ ਜਿਹੜਾ ਮੈਨੀਫੈਸਟੋ ਆ ਇਹਨੂੰ ਲੀਗਲ ਕਰ ਦੇਣਾ ਚਾਹੀਦਾ ਅਤੇ ਜਿਹੜੀਆਂ ਵੀ ਮੰਗਾਂ ਇਹਦੇ ਵਿੱਚ ਹੈਣ ਜੇ ਨਾ ਪੂਰੀਆਂ ਹੋਣ ਤਾਂ ਉਹਨਾਂ ਦੇ ਖਿਲਾਫ਼ ਜੋ ਵੀ ਪਾਰਟੀ ਆ ਉਹਨਾਂ ਦੇ ਖਿਲਾਫ਼ ਐਕਸ਼ਨ ਹੋਣਾ ਚਾਹੀਦਾ। ਅਤੇ ਇਸੇ ਨਾਲ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਅੱਗੇ ਵੀ ਇਹੋ ਜਿਹੀਆਂ ਵੀਡੀਓ ਆਉਂਦੀਆਂ ਰਹਿਣਗੀਆਂ। ਸਤਿ ਸ਼੍ਰੀ ਅਕਾਲ।